ਇੱਧਰ ਫੋਟੋ ਤਾਂ ਲੱਗ ਗਈ ਆ ਸਹੀ ਲੱਗਦੀ ਆ ਲੈ ਵੀ ਮਿੱਤਰਾਂ ਮੁੰਡੇ ਨੇ ਸਕੂਟਰ ਸਿੱਖ ਲਿਆ ਆਟੋ ਪਾ ਲੈਣੀ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦਾ ਵਲੌਗ ਟਾਈਟਲ ਸਾਹਮਣੇ ਤੁਸੀਂ ਦੇਖ ਲਿਆ ਪਿਛਲੇ ਇੱਕ ਦੋ ਵਲੌਗ ਦੇ ਵਿੱਚ ਪਹਿਲਾਂ ਨਾ ਉਹ ਮੋਟਰਸਾਈਕਲ ਦੇ ਮੂਹਰੇ ਨਾ ਫੋਟੋ ਲਵਾਉਣੀ ਸੀਗੀ ਸਿੱਧੂ ਬਾਈ ਦੀ ਅਤੇ ਆਜੇ ਵਾਲੇ ਮੋਟਰਸਾਈਕਲ ਦੇ ਪਿੱਛੇ ਲਵਾਉਣੀ ਸੀਗੀ ਇੱਥੇ ਅਤੇ ਅੱਜ ਅਸੀਂ ਚੱਲੇ ਹਾਂ ਜੀ ਅਤੇ ਬੁਲਾਉਣ ਦਾ ਪਤਾ ਜਿੱਥੇ ਚੈਨਲ 'ਤੇ ਨਵੇਂ ਸਬਸਕ੍ਰਾਈਬ ਕਰ ਲਓ ਬਾਅਦ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਪਿਛਲੇ ਵਲੌਗ 'ਚ ਝੰਡਾ ਜਿਹਾ ਲਵਾ ਕੇ ਲਿਆਂਦਾ ਸੀ ਉਹ ਆ ਕਹਿੰਦਾ ਸੀ ਆਹ ਲਿਥਣ ਲੱਗ ਗਿਆ ਆਹ ਵੀ ਇੱਕ ਕੰਮ ਕਰੀ ਮਾੜਾ ਮਾੜਾ ਜਲਾ ਦੀ ਇੱਧਰੋਂ ਸੈਟਾਂ ਸੈਟਾਂ ਨੂੰ ਅੱਛਾ ਆਹ ਪਿਛਲੇ ਵਲੌਗ 'ਚ ਆਹ ਝੰਡਾ ਜਿਹਾ ਲਵਾ ਕੇ ਲਿਆਂਦਾ ਜੀ ਅਤੇ ਇੱਕ ਆਹ ਸ਼ੇਰ ਜਿਹਾ ਬਣਾਇਆ ਸੀ ਸ਼ੇਰ ਘੱਟ ਅੱਜ ਜ਼ਿਆਦਾ ਲੱਗਦੀ ਇਹ ਅਤੇ ਇੱਥੇ ਲਵਾਉਣੀ ਫੋਟੋ ਹੈ ਨਾ ਚਲੋ ਚੱਲਦੇ ਹਾਂ ਫਿਰ ਭਾਅ ਜੀ ਅਸੀਂ ਲਾ ਵੀ ਮਿੱਤਰੋ ਆਈ ਚੱਲੇ ਹਾਂ ਹੈਂ ਕੀ ਹੋਇਆ ਇੱਥੇ ਵੀ ਟੇਪ ਕਰਾਉਣੀ ਆ ਹੁਣੇ ਦੱਸਦੇ ਜੋ ਕਰਾਉਣਾ ਭਾਅ ਜੀ ਐਦੀ ਚੱਲ ਜਾਣਾ ਅਸੀਂ ਪਹਿਲਾਂ ਉੱਥੋਂ ਭਾਵੇਂ ਫੋਨ ਚੱਕਣਾ ਮੇਰਾ ਫੋਨ ਖਰਾਬ ਹੋਇਆ ਆਇਆ ਆਹੋ ਲੋਕੇਸ਼ਨ ਚੱਲ ਠੀਕ ਆ ਚੱਲ ਬਈ ਚੱਲੀਏ ਓਕੇ ਭਾਈ ਆਉਂਦੇ ਆ ਘੰਟੇ ਡੇਢ ਘੰਟੇ ਨੇ ਦੀਵਾਲੀ ਦਾ ਟਾਈਮ ਖਿਆਣਾ ਬੰਦਾ ਤੂੰ ਆ ਘੰਟੇ ਡੇਢ ਘੰਟੇ ਤੇ ਆ ਜਾਣਾ ਅਸੀਂ ਠੀਕ ਆ ਮੈਂ ਵੀ ਕਹਿ ਦੇਣਾ ਮੇਰਾ ਨਹੀਂ ਹੈਗਾ ਮੋਟਰਸਾਈਕਲ ਇਹਨੂੰ ਫੋਨ ਲਾ ਦੇਣਾ ਮੈਂ ਆਹੋ ਚੱਲ ਆਇਆ ਚੱਲੀਏ ਆਹ ਵਾਲੀ ਫੋਟੋ ਲਵਾਉਣੀ ਆ ਯਾਰ ਸਿੱਧੂ ਬਾਈ ਦੀ ਚਲੋ ਬਈ ਚੱਲੀਏ ਮਿੱਤਰੋ ਫੋਨ ਆਪਾਂ ਸਹੀ ਕਰਾ ਲਿਆ ਹੁਣ ਤੁਸੀਂ ਕਹੋ ਕਿ ਸਹੀ ਕਿੱਥੋਂ ਕਰਾਇਆ ਇੱਧਰੋਂ ਤਾਂ ਟੁੱਟਾ ਪਿਆ ਇਹਦਾ ਯਾਰ ਮਦਰਬੋਰਡ ਚੇਂਜ ਹੋਣਾ ਸੀਗਾ ਉਹੀ ਕਰਾਇਆ ਮਿੱਤਰੋ ਆਇਆ ਭਾਈ ਦੀ ਦੁਕਾਨ ਮਸੀ ਲੱਭੀ ਆ ਸੋ ਹੁਣ ਇੱਥੇ ਆਪਾਂ ਸਿੱਧੂ ਬਾਈ ਦੀ ਫੋਟੋ ਲਵਾਵਾਂਗੇ ਯਾਰ ਫੋਨ ਸਹੀ ਕਰਾ ਕੇ ਲੈ ਕੇ ਆਉਂਦਾ ਤੁਸੀਂ ਕਹਿਣਾ ਕਿੱਥੋਂ ਸਹੀ ਕਰਾਇਆ ਹੈ ਨਾ ਆ ਦੇਖ ਲਓ ਇੱਧਰੋਂ ਟੁੱਟਾ ਹੈ ਨਾ ਇਹ ਯਾਰ ਇਹਦਾ ਮਦਰਬੋਰਡ ਪੈਣਾ ਸੀ ਪਹਿਲਾਂ ਇਕੱਲਾ ਮਦਰਬੋਰਡ ਹੀ ਪਵਾਇਆ ਸਕਰੀਨ ਨਹੀਂ ਪਵਾਈ ਸਕਰੀਨ 'ਤੇ ਜ਼ਿਆਦਾ ਪੈ ਗਿਆ ਰਹਿੰਦਾ ਸੀ ਮੈਂ ਕਿਹਾ ਉੱਦਾਂ ਵੀ ਬਿੰਗਾ ਜਿਹਾ ਹੋਇਆ ਦੇਖੋ ਹੁਣ ਚਲੋ ਕੋਈ ਗੱਲ ਨਹੀਂ ਇੱਦਾਂ ਹੀ ਸਾਰਾਂਗੇ ਹੁਣ ਤਾਂ ਅਤੇ ਬਾਕੀ ਤਾਂ ਕੁਛ ਨਹੀਂ
ਘੰਟੋ ਘੰਟ ਲਾ ਦੂ ਗੱਡੀ ਦਾ ਹੋਰਨ ਤੈਨੂੰ ਦੇ ਦੋ ਹੁਣ ਜਿਹੜਾ ਇੱਥੇ ਨਾ ਟਾਪਾ ਜਿਹਾ ਲਾਤਾ ਉੱਤੇ ਕਿਹੜੀ ਕਿਹੜੀ ਟੇਪ ਆ ਉਹ ਸਮੋਕ ਟੇਪ ਕਰਾਉਣੀ ਆ ਅਤੇ ਇੱਧਰ ਫੋਟੋ ਤਾਂ ਲੱਗ ਗਈ ਆ ਸਹੀ ਲੱਗਦੀ ਆ ਸਹੀ ਲੱਗ ਗਈ ਫੋਟੋ ਮੂਹਰੇ ਚਲੋ ਬਈ ਆਉਣਾ ਪਹਿਲਾਂ ਘਰਾਂ ਨੂੰ ਭਾਈ ਦੇ ਜਾਣਾ ਆਹੋ ਪਹਿਲਾਂ ਫੋਨ ਦਾ ਦਿਖਾ ਕੇ ਆਉਣਾ ਮੈਂ ਦੱਸਾਂ ਉਹਨੇ ਸੌ ਤਾਂ ਹੀ ਜੀ ਪਹੁੰਚ ਗਏ ਜੀ ਹਾਂਜੀ ਭਾਅ ਜੀ ਚੈੱਕ ਕਰਤਾ ਸਹੀ ਆ ਸਹੀ ਆ ਟੇਪ ਵੀ ਕਰਾਉਣੀ ਸੀ ਉੱਥੇ ਸਹੀ ਨੀ ਲੱਗਦੀ ਇੱਕ ਆ ਉੱਤੇ ਸਮੋਕ ਟੇਪ ਕਰਾਈ ਆ ਇੱਕ ਆ ਫੋਟੋ ਬਣਾਈ ਬਾਈ ਦੀ ਸਿੱਧੂ ਦੀ ਦੱਸ ਹੁਣ ਕਿੱਦਾਂ ਆ ਸਹੀ ਆ ਲਾ ਵੀ ਮਿੱਤਰੋ ਓਕੇ ਆ ਰਿਪੋਰਟ ਤੇ ਹਨੇਰਾ ਵੀ ਹੋ ਚੱਲਿਆ ਬਸ ਹੁਣ ਉਹ ਸਕੂਟਰ ਮੈਂ ਖੜਾ ਕਰਕੇ ਗਿਆ ਸੀ ਸਕੂਟਰ ਚੱਕੀ ਤੇ ਬਸ ਚੱਲੀਏ ਘਾਨੂੰ ਇਹਨੇ ਤਾਂ ਅਜੇ ਆਉਣਾ ਅੱਧੇ ਡੇਢ ਘੰਟੇ ਬਾਅਦ ਆਹ ਸੇਮ ਕਰਾਈ ਨਿਓਨ ਟੇਪ ਕੀ ਕਹਿੰਦਾ ਕੀ ਕਾਹਦਾ ਹੁਣ ਤੁਹਾਨੂੰ ਕੱਲ ਨੂੰ ਮਿਲਦੇ ਆ ਤੇ ਆਪਣਾ ਫੋਨ ਤਾਂ ਸਹੀ ਹੋ ਗਿਆ ਤੇ ਆਹ ਆਪਣਾ ਫੋਨ ਚੈੱਕ ਕਰ ਸਕਦੇ ਦੇਖ ਲੈ ਅਰੇ ਫੋਨ ਚੈੱਕ ਕਰ ਓਏ 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 ਭਰਾਵਾ ਅਜੇ ਤਾਜੇ ਪੈਸੇ ਲੱਗੇ ਆ ਫੋਨ ਭਰਾਵਾ ਬਿੰਗਾ ਹੋਇਆ ਅਜੇ ਦੇਖ ਮੇਰੀ ਗੱਲ ਮਾੜੀ ਮੋਟੀ ਕਿਰਾਇਆ ਕਹੋ ਕੇ ਹੋਣਾ ਹੀ ਆ ਕੁਛ ਨਾ ਕੁਛ ਇਹਨੇ ਭਾਈ ਨੇ ਦੱਸਿਆ ਕਹਿੰਦਾ 500 ਰੁਪਇਆ ਲੈਣਾ ਹਨਾ ਮੈਂ ਸਹੀ ਸਾਰੇ ਦਾ ਹਨਾ ਅਗਲੇ ਨੇ 100 ਰੁਪਇਆ ਮੋੜਤਾ ਹੁਣ ਵੋਲੀਅਮ ਆਪਣੇ ਆਪ ਡਾਊਨ ਹੋ ਰਹੀ ਹੋਈ ਜਾਂਦੀ ਉਹਨੇ ਨਹੀਂ ਸਹੀ ਕੀਤਾ ਨਾ ਨਹੀਂ ਹੁੰਦਾ ਜੀ ਉੱਥੋਂ ਹਨੇਰਾ ਹੋ ਗਿਆ ਤੇ ਹੁਣ ਅਸੀਂ ਚੱਲੇ ਜੀ ਕੱਲ ਨੂੰ ਤੁਹਾਨੂੰ ਕੱਲ ਨੂੰ ਮਿਲਦੇ ਆ ਕਲੱਚ ਵਾਲੀ ਤਾਰ ਪੈਣ ਵਾਲੀ ਆ ਉਹ ਪਾਉਂਦੇ ਪਏ ਆ ਢਿੱਲਾ ਸੀ ਕਲੱਚ ਉਹਦੀ ਤਾਰ ਪੈਣੀ ਸੀ ਨਵੀਂ ਮੰਡੀ ਦੇ ਸਾਹਮਣੇ ਹੀ ਆ ਦੁਕਾਨ ਇਹਨਾਂ ਦੀ ਜੇ ਚਾਹਵਾਨ ਹੋਵੇ ਤਾਂ ਇੱਥੋਂ ਕਰਾ ਸਕਦਾ ਚੈੱਕ ਕਰੋ ਦਾ ਦੀਵਾਲੀ ਦੀਆਂ ਰੌਣਕਾਂ ਜੀ ਨੇ ਵੀ
ਰੌਣਕ ਮੇਲਾ ਆ ਪੂਰਾ ਮਿੱਤਰੋ ਰੌਣਕ ਮੇਲਾ ਕਰਾਇਆ ਦਾ ਤੇ ਦੀਵਾਲੀ ਪਰਸੋਂ ਦੀ ਆ ਦੇਖ ਲਾ ਲਾਈਨਾਂ ਲੱਗ ਗਈਆਂ ਟੈਂਟ ਟੁੰਟ ਲਾ ਲਿਆ ਸਾਰਿਆਂ ਨੇ ਬਾਹਰ ਲੈ ਵੀ ਮਿੱਤਰਾ ਕਹਿੰਦੇ ਅਸੀਂ ਆਏ ਸੀ ਇੱਧਰ ਘੁੰਮਣ ਤੇ ਮੁੰਡਾ ਕਹਿੰਦਾ ਸਕੂਟਰ ਹੈ ਉਹ ਭਰਾਵਾ ਇਹਦੀ ਆਹ ਕਲੱਚ ਤਾਰ ਟੁੱਟੀ ਸੀਗੀ ਉਹ ਨਵੀਂ ਪਈ ਆ ਤੇ ਮੁੰਡਾ ਕਹਿੰਦਾ ਸਕੂਟਰ ਚਲਾਉਣਾ ਪਿਛਲੇ ਕਿਸੇ ਬਲੋਗ ਦੇ ਵਿੱਚ ਇਹਨੇ ਕਿਹਾ ਸੀ ਕਹਿੰਦਾ ਚਲਾਉਣਾ ਮੈਂ ਕਿਹਾ ਚੱਲ ਆ ਚਲਾਉਂਦੇ ਚੱਲ ਸਟਾਰਟ ਕਰ ਤੂੰ ਕਰ ਮਾਰ ਕੇ ਇੱਕ ਰਹਿਣ ਦੇ ਬੈਗ ਮਾਰਦਾ ਉਹ ਮਾਰ ਕੇ ਇੱਕ ਕਿੱਕ ਮਾਰ ਦੇ ਗੇਰ ਤਾਂ ਛੱਡ ਚੱਲ ਬਹਿ ਜਾ ਮੈਂ ਤੈਨੂੰ ਦੱਸ ਦਿੱਤਾ ਸਿੱਟੀ ਸੁੱਟੀ ਨਾ ਹੌਲੀ 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 ਹਾਂ ਹੌਲੀ ਹੌਲੀ ਛੱਡੀ ਛੱਡ ਦੇ ਦੀਵਾਲੀ ਦਾ ਟਾਈਮ ਆ ਆਪਣੇ ਹਾਂ ਬਸ ਏਦਾਂ ਚਲਾਈ ਚੱਲ ਫਿਰ ਪਾ ਥੱਲੇ ਨੂੰ ਕਰੀ ਥੱਲੇ ਨੂੰ ਕਰ ਦੇ ਹੋਰ ਬਸ ਬਸ ਹਾਂ ਏਦਾਂ ਹੀ ਚਲਾਉਣਾ ਠੀਕ ਆ ਉਹ ਐਂ ਨੂੰ ਫੇਰ ਲੈ ਗਿਆ ਉਹ ਪਈ ਆ ਬ੍ਰੇਕਾਂ ਜੀ ਟਾਇਰ ਬ੍ਰੇਕ ਤੇ ਆ ਵੀ ਉਹ ਥੱਲੇ ਬ੍ਰੇਕ ਆ ਠੀਕ ਆ ਪੈਰਾਂ 'ਚ ਮਾਮਾ ਮੇਰੇ ਦਵਾਈ ਦਾ ਟਾਈਮ ਆ ਤੇਰਾ ਕੀ ਸੱਟਾਂ ਨੂੰ ਹੌਲੀ ਚਲਾਈ ਤੈਨੂੰ ਮੈਂ ਦੱਸ ਦਿੱਤਾ ਬੋਲੀ ਬ੍ਰੇਕ ਨੀ ਕੰਮ ਕਰਦੀ ਓਏ ਹੌਲੀ ਇਹਨੂੰ ਸਕੂਟਰ ਨੀ ਚਲਾਉਣਾ ਆਉਂਦਾ ਨਾ ਇਹਨੂੰ ਮੋਟਰਸਾਈਕਲ ਚਲਾਉਣਾ ਆਉਂਦਾ ਕੱਲੀ ਸਕੂਟਰ ਹੀ ਚਲਾਉਣੀ ਆਉਂਦੀ ਆ ਉਹ ਹੌਲੀ ਓਏ ਆ ਤਾਂ ਗਿਆ ਓਦਾਂ ਮਾੜਾ ਮੋਟਾ ਇਹਨੂੰ ਹਾਂਜੀ ਭਾਜੀ ਸਹੀ ਆ ਚੱਲ ਉਹਨੂੰ ਲੈ ਕੇ ਆਈਏ 10 ਮਿੰਟ ਗਿਆ ਸੀ 10 ਮਿੰਟ ਹੋ ਗਿਆ ਫਿਰ ਚੱਲੀਏ ਹਾਂ ਹੁਣ ਫਿਰ ਸਾਡੇ ਰੇਸ ਦੇ ਆਪਣੇ ਅੱਜ ਸਕੂਟਰ ਸਿਖਾਉਣ ਦੀ ਖੁਸ਼ੀ ਚ ਫਿਰ ਉਹਨੂੰ ਮੋੜ ਲਿਆ ਮੈਂ ਕਹਿੰਦੇ ਨਾ ਹੈ ਤੈਨੂੰ ਚਲਾਉਣਾ ਓਦਾਂ ਹੌਲੀ 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 ਬ੍ਰੇਕ ਤੇ ਪੈਰ ਹੈਗਾ ਆ ਮੇਰਾ ਪੇੜੀ ਆ ਤੇਰੇ ਵਰਗੇ ਦਾ ਪਤਾ ਨੀ ਚਲਾਉਣਾ ਨੀ ਹੋਰ ਖਰੇ ਪਿਆ ਇੱਧਰ ਨੂੰ ਮਾਮਾ ਉਹਨੂੰ ਫੇਰ ਲੈਣ ਜਾਣਾ ਪੈਣਾ ਮੈਂ ਵੀ ਮਿੱਤਰਾਂ ਮੁੰਡੇ ਨੂੰ ਆ ਗਿਆ ਸਕੂਟਰ ਚਲਾਉਣਾ ਕਹਿੰਦੇ ਹੁਣ ਇਹ ਲੈ ਕੇ ਜਾਇਆ ਕਰੂ ਇਹ ਅੱਜ ਤੋਂ ਡਰਾਈਵਰ ਮੇਰਾ ਠੀਕ ਆ ਧਿਆਨ ਨਾ ਮੈਨੂੰ ਲਾ ਦੇ ਭਰਾਵਾ ਉਹਦੇ ਬ੍ਰੇਕ ਮਾਰਦਾ ਪੈਰਾਂ ਨਾਲ ਕਹਿੰਦੇ ਰੁਕਣ ਲੱਗਾ ਅੱਛਾ ਠੀਕ ਆ ਭਾਜੀ ਜੀਵੇ ਗੰਨ ਚਾਲੂ ਹੈਗੀ ਮਿੱਤਰੋ ਦੀਵਾਲੀ ਚੱਲ ਇਹ ਦੀਵਾਲੀ ਤੋਂ ਖਰੇ ਤੁਸੀਂ ਬਾਅਦ ਵਲੋਗ ਦੇਖ ਰਹੇ ਹੋ ਚੱਲ ਧਿਆਨ ਨਾਲ ਹੁਣ ਮੂਹਰੇ ਗੱਡੀ ਆ ਜਾਂਦੀ ਠੀਕ ਆ ਧਿਆਨ ਨਾਲ ਗੱਡੀ ਆਉਂਦੀ ਆ ਤਾਂ ਫਿਰ ਚੱਲ ਜਾਣਦੇ ਰੇਸ ਤਾਂ ਦੇ ਥੋੜ੍ਹੀ ਪੈਰਾਂ ਨਾਲ ਰੋਕਣ ਲੱਗਾ ਆ ਲੈ ਵੀ ਮਿੱਤਰਾਂ ਮੁੰਡੇ ਨੇ ਸਕੂਟਰ ਸਿੱਖ ਲਿਆ ਆਟੋ ਪਾ ਲੈਣੀ ਸਕੂਟਰ ਸਿੱਖ ਲਿਆ ਹੁਣ ਕਹਿੰਦਾ ਆਟੋ ਪਾ ਲੈਣੀ ਆ ਸਹੀ ਆ ਚੱਲ ਲੈ ਵੀ ਮਿੱਤਰਾਂ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆ ਉਹ ਕਰਦੇ ਤੁਹਾਨੂੰ ਜਿੱਦਾਂ ਦਾ ਵੀ ਲੱਗਾ ਹੋਊ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੰਗਾ ਜੀ ਮਿਲਦੇ ਅਗਲੇ ਵਲੋਗ ਚ ਸਤਿ ਸ੍ਰੀ ਅਕਾਲ ਚੱਲ ਇੱਕ ਵਾਰੀ ਗੇੜਾ ਕੱਢ ਲਿਆ ਸੱਚੀ ਨਾ ਜਲਦੀ ਭਰਾਵਾ।